ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ, ਚਾਹੇ ਉਹ ਨਸ਼ਾ ਬਰਾਮਦਗੀ ਨੂੰ ਲੈ ਕੇ ਹੋਵੇ ਜਾਂ ਫਿਰ ਮੋਬਾਈਲ ਫੋਨ ਜ਼ਬਤ ਕਰਨ ਨੂੰ। ਤਾਂ ਲਗਾਤਾਰ ਇਹਨਾਂ ਜੇਲ੍ਹਾਂ ਦੇ ਵਿੱਚ ਸਰਚ ਆਪਰੇਸ਼ਨ ਚੱਲਦੇ ਨੇ। ਪਰ ਹੁਣ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਦੋ ਗੁੱਟ ਆਪਸ ਦੇ ਵਿੱਚ ਆਹਮੋ ਸਾਹਮਣੇ ਹੋਏ ਨੇ, ਜਿਸ ਦੇ ਵਿੱਚ ਇੱਕ ਗੁੱਟ ਦੇ ਵੱਲੋਂ ਦੂਸਰੇ ਗੁੱਟ ਦੇ ਇੱਕ ਵਿਅਕਤੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਦਰਅਸਲ ਕਿਹਾ ਜਾ ਰਿਹਾ ਕਿ ਸੂਏ ਮਾਰ ਮਾਰ ਕੇ ਉਸਦਾ ਸਿਰ ਪਾੜ ਦਿੱਤਾ ਗਿਆ। ਜੋ ਕੈਦੀ ਹੈ ਉਹ ਚਿਲਾਉਂਦਾ ਆਪਣੀ ਜਾਨ ਬਚਾਉਣ ਦੇ ਲਈ, ਪਰ ਮੌਕੇ ਦੇ ਉੱਤੇ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਆਉਂਦਾ। ਤਾਂ ਕਾਫੀ ਦੇਰ ਤੱਕ ਉਸਦੇ ਉੱਤੇ 20-25 ਜੋ ਕੈਦੀ ਸੀ ਨਾਲ ਦੇ ਦੂਸਰੇ ਗੁੱਟ ਦੇ, ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਅਤੇ ਉਸਨੂੰ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ। ਦੱਸ ਦਈਏ ਕਿ ਜਿਸ ਕੈਦੀ ਦੇ ਉੱਤੇ ਹਮਲਾ ਕੀਤਾ ਗਿਆ ਉਹ NDPS ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਹੈ ਅਤੇ ਉਸਦੇ ਉੱਤੇ ਦੂਸਰੇ ਗੁੱਟ ਦੇ 20-25 ਕਰੀਬ ਕੈਦੀਆਂ ਨੇ, ਉਹਨਾਂ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ। ਤਾਂ ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਦੋ ਗੁੱਟਾਂ ਵਿੱਚ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਕਰੀਬ 20-25 ਲੋਕਾਂ ਨੇ ਇੱਕ ਨੌਜਵਾਨ ਨੂੰ ਘੇਰ ਲਿਆ। ਉਸ ਨੌਜਵਾਨ 'ਤੇ ਤਿੱਖੇ ਵਾਰ ਕੀਤੇ ਗਏ। ਜੇਲ੍ਹ ਵਿੱਚ ਸ਼ਰੇਆਮ ਲੜਾਈ ਝਗੜੇ ਅਤੇ ਵਾਰਦਾਤਾਂ ਹੁੰਦੀਆਂ ਰਹਿ ਰਹੀਆਂ ਨੇ, ਪਰ ਜੇਲ੍ਹ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਅਸਮਰਥ ਲੱਗ ਰਿਹਾ। ਜ਼ਖਮੀ ਨੌਜਵਾਨ ਦੇ ਮੋਢਿਆਂ ਅਤੇ ਸਿਰ 'ਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ। ਜ਼ਖਮੀ ਨੌਜਵਾਨ ਦੀ ਪਹਿਚਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ, ਜੋ ਕਿ NDPS ਦੇ ਮਾਮਲੇ ਦੇ ਵਿੱਚ ਲੁਧਿਆਣਾ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਬੰਦ ਹੈ। ਕਹਿੰਦੇ ਨਾਲ ਜੀ ਨਹੀਂ ਮਾਰਿਆ ਕੀ ਤੁਹਾਡੇ ਜੀ? ਅਤੇ ਤੁਸੀਂ ਕਿਸ ਕੇਸ 'ਚ ਅੰਦਰ? NDPS 'ਚ। ਅਤੇ ਕਿੰਨੇ ਵਜੇ ਦੀ ਵਾਰਦਾਤ? ਕਿੰਨੇ ਬੰਦੇ ਸੀਗੇ ਜੀ? ਹਾਂਜੀ 20-25 ਆ ਜੀ। ਨਾਮ ਦੱਸਿਓ ਵੀਰੇ ਕੀ ਸੀ ਤੁਹਾਡਾ? ਪ੍ਰਭਜੋਤ। ਪੰਜਾਬ ਦੀਆਂ ਜੇਲ੍ਹਾਂ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ, ਚਾਹੇ ਉਹ ਨਸ਼ਾ ਬਰਾਮਦਗੀ ਨੂੰ ਲੈ ਕੇ ਹੋਵੇ ਜਾਂ ਫਿਰ ਮੋਬਾਈਲ ਫੋਨ ਜ਼ਬਤ ਕਰਨ ਨੂੰ। ਤਾਂ ਲਗਾਤਾਰ ਇਹਨਾਂ ਜੇਲ੍ਹਾਂ ਦੇ ਵਿੱਚ ਸਰਚ ਆਪਰੇਸ਼ਨ ਚੱਲਦੇ ਨੇ। ਪਰ ਹੁਣ ਇੱਕ ਨਵਾਂ ਹੀ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਇੱਕ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਦੋ ਗੁੱਟ ਆਪਸ ਦੇ ਵਿੱਚ ਆਹਮੋ ਸਾਹਮਣੇ ਹੋਏ ਨੇ, ਜਿਸ ਦੇ ਵਿੱਚ ਇੱਕ ਗੁੱਟ ਦੇ ਵੱਲੋਂ ਦੂਸਰੇ ਗੁੱਟ ਦੇ ਇੱਕ ਵਿਅਕਤੀ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ। ਦਰਅਸਲ ਕਿਹਾ ਜਾ ਰਿਹਾ ਕਿ ਸੂਏ ਮਾਰ ਮਾਰ ਕੇ ਉਸਦਾ ਸਿਰ ਪਾੜ ਦਿੱਤਾ ਗਿਆ। ਜੋ ਕੈਦੀ ਹੈ ਉਹ ਚਿਲਾਉਂਦਾ ਆਪਣੀ ਜਾਨ ਬਚਾਉਣ ਦੇ ਲਈ, ਪਰ ਮੌਕੇ ਦੇ ਉੱਤੇ ਕੋਈ ਵੀ ਪੁਲਿਸ ਮੁਲਾਜ਼ਮ ਨਹੀਂ ਆਉਂਦਾ। ਤਾਂ ਕਾਫੀ ਦੇਰ ਤੱਕ ਉਸਦੇ ਉੱਤੇ 20-25 ਜੋ ਕੈਦੀ ਸੀ ਨਾਲ ਦੇ ਦੂਸਰੇ ਗੁੱਟ ਦੇ, ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਅਤੇ ਉਸਨੂੰ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ। ਦੱਸ ਦਈਏ ਕਿ ਜਿਸ ਕੈਦੀ ਦੇ ਉੱਤੇ ਹਮਲਾ ਕੀਤਾ ਗਿਆ ਉਹ NDPS ਮਾਮਲੇ ਦੇ ਵਿੱਚ ਜੇਲ੍ਹ 'ਚ ਬੰਦ ਹੈ ਅਤੇ ਉਸਦੇ ਉੱਤੇ ਦੂਸਰੇ ਗੁੱਟ ਦੇ 20-25 ਕਰੀਬ ਕੈਦੀਆਂ ਨੇ, ਉਹਨਾਂ ਨੇ ਉਸਦੇ ਉੱਤੇ ਹਮਲਾ ਕਰ ਦਿੱਤਾ। ਤਾਂ ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਬੀਤੀ ਰਾਤ ਦੋ ਗੁੱਟਾਂ ਵਿੱਚ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਕਰੀਬ 20-25 ਲੋਕਾਂ ਨੇ ਇੱਕ ਨੌਜਵਾਨ ਨੂੰ ਘੇਰ ਲਿਆ। ਉਸ ਨੌਜਵਾਨ 'ਤੇ ਤਿੱਖੇ ਵਾਰ ਕੀਤੇ ਗਏ। ਜੇਲ੍ਹ ਵਿੱਚ ਸ਼ਰੇਆਮ ਲੜਾਈ ਝਗੜੇ ਅਤੇ ਵਾਰਦਾਤਾਂ ਹੁੰਦੀਆਂ ਰਹਿ ਰਹੀਆਂ ਨੇ, ਪਰ ਜੇਲ੍ਹ ਪ੍ਰਸ਼ਾਸਨ ਇਹਨਾਂ ਘਟਨਾਵਾਂ ਨੂੰ ਕਾਬੂ ਕਰਨ ਵਿੱਚ ਅਸਮਰਥ ਲੱਗ ਰਿਹਾ। ਜ਼ਖਮੀ ਨੌਜਵਾਨ ਦੇ ਮੋਢਿਆਂ ਅਤੇ ਸਿਰ 'ਤੇ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ। ਜ਼ਖਮੀ ਨੌਜਵਾਨ ਦੀ ਪਹਿਚਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ, ਜੋ ਕਿ NDPS ਦੇ ਮਾਮਲੇ ਦੇ ਵਿੱਚ ਲੁਧਿਆਣਾ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਵਿੱਚ ਬੰਦ ਹੈ। ਕਹਿੰਦੇ ਨਾਲ ਜੀ ਨਹੀਂ ਮਾਰਿਆ ਕੀ ਤੁਹਾਡੇ ਜੀ? ਅਤੇ ਤੁਸੀਂ ਕਿਸ ਕੇਸ 'ਚ ਅੰਦਰ? NDPS 'ਚ। ਅਤੇ ਕਿੰਨੇ ਵਜੇ ਦੀ ਵਾਰਦਾਤ? ਕਿੰਨੇ ਬੰਦੇ ਸੀਗੇ ਜੀ? ਹਾਂਜੀ 20-25 ਆ ਜੀ। ਨਾਮ ਦੱਸਿਓ ਵੀਰੇ ਕੀ ਸੀ ਤੁਹਾਡਾ? ਪ੍ਰਭਜੋਤ।